ਸ਼ੂਗਰ ਤੇ ਜਦੋਂ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰਦੇ ਹਾਂ ਨਾ ਸਾਡੀ ਪੰਜਾਬੀ ਕਮਿਊਨਿਟੀ ਦੇ ਵਿੱਚ ਤਾਂ ਸ਼ੂਗਰ ਬਹੁਤ ਹੈ ਤੇ ਕਹਿੰਦੇ ਇਹਨੂੰ ਕੰਟਰੋਲ ਕਿਵੇਂ ਕਰਨਾ ਪਹਿਲੀ ਸਟੇਜ ਤੋਂ ਹੀ ਕਿਵੇਂ ਕੰਟਰੋਲ ਕਰਨਾ ਸ਼ੁਰੂ ਕਰਨਾ ਪਹਿਲੀ ਸਟੇਜ ਤੋਂ ਤਾਂ ਕੰਟਰੋਲ ਕਰੋ ਟੈਨਸ਼ਨ ਨਹੀਂ ਲੈਣੇ ਕਾ ਨਾ ਦੇਣੇ ਕਾ ਵੀ ਨਹੀਂ ਤੇ ਦੇਣੇ ਕਾ ਵੀ ਨਹੀਂ ਜਿਹੜੇ ਬੰਦੇ ਟੈਨਸ਼ਨ ਦਿੰਦੇ ਆ ਨਾ ਉਹਨਾਂ ਨੂੰ ਟੈਨਸ਼ਨ ਆਉਂਦੀ ਜ਼ਰੂਰ ਆ ਜਿਹੜਾ ਕੁਛ ਦਿਓਗੇ ਉਹ ਵਾਪਸ ਤੇ ਆਏਗਾ ਤੇ ਕਿਸੇ ਨੂੰ ਟੈਨਸ਼ਨ ਨਾ ਦਿਓ ਲੋਕਾਂ ਲਈ ਆਸਾਨੀਆਂ ਪੈਦਾ ਕਰੋ ਜਿੰਨੀਆਂ ਆਸਾਨੀਆਂ ਪੈਦਾ ਕਰੋਗੇ ਇਹ ਆਪਾਂ ਕਈ ਵਾਰੀ ਕਹਿ ਚੁੱਕੇ ਹਾਂ ਉਨੀਆਂ ਆਸਾਨੀਆਂ ਮੁੜ ਮੁੜ ਕੇ ਤੁਹਾਡੇ ਵੱਲ ਆਉਣੀਆਂ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਨਾ ਉਹ ਤੁਸੀਂ ਮੰਡਣੀ ਸ਼ੁਰੂ ਕਰ ਦਿਓ ਉਹ ਭਾਵੇਂ ਟੈਨਸ਼ਨ ਹੋਵੇ ਉਹ ਤੁਹਾਨੂੰ ਆਏਗੀ ਫਿਰ ਉਹ ਪਿਆਰ ਹੋਵੇ ਉਹ ਤੁਹਾਨੂੰ ਆਏਗਾ ਆਸਾਨੀ ਹੋਵੇ ਤੁਹਾਨੂੰ ਆਏਗਾ ਸਕੂਨ ਵੰਡੋਗੇ ਆਏਗਾ ਰੋਟੀਆਂ ਖਵਾਓਗੇ ਲੋਕਾਂ ਨੂੰ ਰਿਸਕ 'ਚ ਇਜ਼ਾਫਾ ਹੋਏਗਾ ਤੁਹਾਡੀ ਰੋਜ਼ੀ ਵਧੇਗੀ ਅਤੇ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਵੰਡਣੀ ਸ਼ੁਰੂ ਕਰ ਦਿਓ ਜੇ ਟੈਨਸ਼ਨ ਵੰਡੋਗੇ ਤਾਂ ਟੈਨਸ਼ਨ ਆਏਗੀ ਟੈਨਸ਼ਨ ਪਹਿਲੀ ਬੇਸਿਕ ਬੁਨਿਆਦੀ ਬਿਮਾਰੀ ਹੈ ਸ਼ੂਗਰ ਨਾਲ ਰਿਲੇਟਡ 65% ਸ਼ੇਅਰ ਹੈ ਸਟ੍ਰੈਸ ਦਾ ਓਵਰਵਰਕ ਦਾ ਟੈਨਸ਼ਨ ਦਾ ਡਿਪਰੈਸ਼ਨ ਦਾ ਸ਼ੂਗਰ ਲਿਆਉਣ 'ਚ ਅਗਰ ਅਸੀਂ 100 ਨੰਬਰ ਦਈਏ ਨਾ ਸ਼ੂਗਰ ਨੂੰ ਕਿ ਕਿਉਂ ਆਉਂਦੀ ਹੈ 100 ਰੀਜ਼ਨਸ ਕੱਢੀਏ ਤਾਂ ਉਹਦੀਆਂ 65-65 ਰੀਜ਼ਨਾਂ ਨੇ ਜਿਹਦੇ 'ਚ ਡਿਪਰੈਸ਼ਨ ਸਟ੍ਰੈਸ ਟੈਨਸ਼ਨ ਐਂਗਜ਼ਾਇਟੀ ਇਹਦਾ ਸ਼ੇਅਰ ਹੈ ਬਾਕੀ ਸਾਰੀਆਂ ਚੀਜ਼ਾਂ 35% ਉਹਦੇ 'ਚ ਸ਼ੂਗਰ ਵੀ ਹੈ ਚੀਨੀ ਖਾਣਾ ਬੈਲੈਂਸ ਡਾਇਟ ਨਾ ਹੋਣਾ ਬਾਕੀ ਸਾਰੀਆਂ ਚੀਜ਼ਾਂ ਜਿੰਨੀਆਂ ਯੂ ਨੇਮ ਇਟ ਉਹ 35% 'ਚ ਆਉਂਦੀਆਂ ਨੇ ਅਤੇ ਸਭ ਤੋਂ ਵੱਡਾ ਸ਼ੇਅਰ ਟੈਨਸ਼ਨ ਦਾ ਉਹਨੂੰ ਘਟਾਓ ਅਤੇ ਟੈਨਸ਼ਨ ਘਟਾਉਣ ਦਾ ਇੱਕ ਬੜਾ ਆਸਾਨ ਨੁਸਖਾ ਹੈ ਇੱਕ ਚੁਟਕੀ ਕਲੌਂਜੀ ਦੀ ਸੁਬਹਾ ਸੁਬਹਾ ਖਾ ਲਿਆ ਕਰੋ ਅਤੇ 1 ਚਮਚ ਓਲਿਵ ਆਇਲ ਦਾ ਰਾਤ ਨੂੰ ਖਾਣੇ ਤੋਂ ਬਾਅਦ ਪੀ ਲਿਆ ਕਰੋ ਕੋਈ ਟੈਨਸ਼ਨ ਈਜ਼ੀ ਬਿਲਕੁਲ ਡਾਕਟਰ ਸਾਹਿਬ ਤੁਸੀਂ ਡਾਕਟਰ ਹੈ ਨਾ ਤੁਸੀਂ ਝੱਟ ਦੇਣ ਕਹਿ ਦਿੰਦੇ ਆ ਕਿ ਇਹ ਗਈ ਪ੍ਰੋਬਲਮ ਪਰ ਕਈ ਲੋਕ ਇਹਨੂੰ ਇਸ ਕਦਰ ਆਪਣੇ 'ਤੇ ਲਾ ਲੈਂਦੇ ਆ ਕਿ ਉਹ ਰੋਗ ਹੀ ਲਾ ਲੈਂਦੇ ਆ ਇੱਕ ਬਿਮਾਰੀਆਂ ਵਾਂਗੂ ਚੁੰਬੜ ਜਾਂਦੀ ਉਹਨਾਂ ਨੂੰ ਸਟ੍ਰੈਸ ਟੈਨਸ਼ਨ ਹਰ ਇੱਕ ਗੱਲ ਦੀ ਬਿਨਾਂ ਮਤਲਬ ਤੋਂ ਟੈਨਸ਼ਨ ਲਈ ਜਾਣੀ ਐਵੇਂ ਫਿਕਰਾਂ ਦੀ ਪੰਡ ਮੋਢਿਆਂ 'ਤੇ ਚੱਕੀ ਫੈਰਨੀ ਅਸੀਂ ਕਹਿ ਲਓ ਕਿ ਜ਼ਿੰਦਗੀ ਜਿਉਣ ਆਏ ਹਾਂ ਨਾ ਅਤੇ ਅਸੀਂ ਕਿਤੇ ਨਾ ਕਿਤੇ ਜ਼ਿੰਦਗੀ ਨੂੰ ਬੋਝ ਸਮਝਣ ਲੱਗ ਪੈਂਦੇ ਹਾਂ ਜਣੇ ਖਾਣੇ ਦੀ ਜਿਹੜੀ ਟੈਨਸ਼ਨ ਆਪਣੇ 'ਤੇ ਪਾ ਲੈਂਦੇ ਸੋ ਟੈਨਸ਼ਨ ਤਾਂ ਜਮਾਂ ਹੀ ਨਹੀਂ ਲੈਣੀ ਖੁਸ਼ ਹੀ ਰਹਿਣਾ ਇੰਝ ਕਰਕੇ ਕਰ ਦੇਣਾ ਸਹੀ ਗੱਲ ਹੈ